चीफ खालसा दीवान के प्रधान निर्मल सिंह के देहांत तो बाद आप विधायक डॉक्टर इंद्रबीर सिंह निजर नूं चीफ खालसा दीवान का कार्यकारी प्रधान बना दिता गया है। दो महीने बाद करवाई जाएगी प्रधान ते होर अहुदेदारां दी चोण। अमृतसर हलका दक्षणी तो विधायक चुने गए ने डॉक्टर निजर। इस मौके गलबात करदे डॉक्टर इंद्रबीर सिंह निजर ने दस्या कि जो जिम्मेवारी मिली है वह कार्यकारी प्रधान वजो दो महीने के समय लिए बाखूबी निभाएंगे। समा भावें घट है पर दिशा निर्देश ਤੇ ਮੈਂਬਰਾਂ ਦੇ ਨਾਲ ਰਾਬਤਾ ਬਣਾ ਕੇ ਹਰ ਕੰਮ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ। ਨਿਜਰ ਸਾਹਿਬ ਚੀਫ ਖਾਲਸਾ ਦੀਵਾਨ ਦਾ ਤੁਹਾਨੂੰ ਪ੍ਰਧਾਨ ਲਾਇਆ ਗਿਆ, ਕੀ ਹੋਇਆ? ਠੀਕ ਹੈ ਜੀ। ਹਾਂ, ਬੜਾ ਅੱਛਾ ਲੱਗਾ ਜੀ। ਕੋਈ ਵੀ ਜ਼ਿੰਮੇਵਾਰੀ ਮਿਲੇ ਤਾਂ ਬੜਾ ਚੰਗਾ ਲੱਗਦਾ, ਲੇਕਿਨ ਜਿਵੇਂ ਮੈਂ ਕਿਹਾ ਕਿ ਜ਼ਿੰਮੇਵਾਰੀ ਮਿਲੇ ਚੰਗਾ ਲੱਗਦਾ, ਲੇਕਿਨ ਜ਼ਿੰਮੇਵਾਰੀ ਨਿਭਾਉਣ ਦੀ ਤਾਕਤ ਔਰ ਹਿੰਮਤ ਵੀ ਚਾਹੀਦੀ ਹੈ। ਸੋ ਮੈਂ ਪਰਮਾਤਮਾ ਵਾਸਤੇ ਅਰਦਾਸ ਕਰਦਾ ਕਿ ਮੈਨੂੰ ਇੰਨੀ ਹਿੰਮਤ ਦੇਣ ਕਿ ਉੱਥੋਂ ਚੰਗੇ ਚੰਗੇ ਕੰਮ ਕਰ ਸਕਾਂ ਮੈਂ। ਭਾਵੇਂ ਟਾਈਮ ਬਹੁਤ ਥੋੜ੍ਹਾ, ਸਾਡੇ ਕੋਲ ਦੋ ਮਹੀਨੇ ਦਾ ਟਾਈਮ ਹੈ, ਦੱਸਿਆ ਮੈਂ ਕਾਰਜਕਾਰੀ ਪ੍ਰਧਾਨ ਹਾਂ, ਪ੍ਰਧਾਨ ਪੱਕਣ ਲੱਗਾ ਅਤੇ ਉਹਨੂੰ ਜਿੰਨਾ ਚੰਗੀ ਤਰ੍ਹਾਂ ਬੇਖੂਬੀ ਅਸੀਂ ਨਿਭਾ ਸਕੀਏ। ਦੋ ਦੋ ਜ਼ਿੰਮੇਵਾਰੀਆਂ ਨੇ ਜੀ, ਇੱਕ ਵੱਡੀ ਲੀਡ ਨਾਲ ਵੀ ਜਿੱਤੇ ਹੋ ਤੁਸੀਂ, ਉਹ ਵੀ ਜ਼ਿੰਮੇਵਾਰੀ ਹੈ, ਵਿਧਾਇਕ ਵੀ ਬਣੇ ਹੋ। ਹਾਂਜੀ, ਇੱਕ ਚੀਫ ਖਾਲਸਾ ਦਾ ਦੀਵਾਨ ਦੇ ਪ੍ਰਧਾਨ ਵੀ ਬਣੇ। ਹਾਂਜੀ, ਉਹ ਡੈਲੀਗੇਟ ਪਾਵਰਸ ਡੈਲੀਗੇਟ ਕਰਨੀਆਂ ਹੁੰਦੀਆਂ ਨਾ, ਤੁਸੀਂ ਦੀਵਾਨ ਵਿੱਚ ਕੰਮ ਵੰਡਣੇ ਹੁੰਦੇ ਆ। ਜੇ ਬੰਦਾ ਸੱਚੇ ਮੈਂ ਇਕੱਲਾ ਕਰ ਲੂੰ ਕਦੇ ਵੀ ਨਹੀਂ ਕਰ ਸਕਦਾ। ਸੋ ਅਸੀਂ ਕੰਮ ਵੰਡਦੇ ਨੇ ਅਤੇ ਜਾ ਕੇ ਉੱਥੇ ਪ੍ਰਧਾਨ ਦਾ ਐਡਾ ਕੋਈ ਨਹੀਂ ਹੁੰਦਾ ਕਿ ਹਰੇ ਕੰਮ ਹੱਥੀਂ ਕਰਨਾ ਹੁੰਦਾ ਅਸੀਂ। ਸੋ ਇਸ ਕਰਕੇ ਜਾ ਕੇ ਕ੍ਰੋਸ ਚੈੱਕ ਹੀ ਕਰਨਾ ਸਾਰਾ, ਕੋਈ ਚੈੱਕ ਸਾਈਨ ਕਰਨੇ ਨੇ, ਜੋ ਜੋ ਕਮੇਟੀਆਂ ਬਣੀਆਂ, ਜੋ ਲੋਕ ਦੂਜੇ ਕੰਮ ਕਰੇ ਉਹਨੂੰ ਸੁਪਰਵਾਈਜ਼ ਕਰਨਾ, ਇਸ 'ਤੇ ਕੰਮ ਕੀਤਾ ਜਾ ਸਕਦਾ। ਵਿਧਾਇਕ ਦੇ ਤੌਰ 'ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਬਣੀ ਹੈ, ਕਿੰਨੀ ਵੀ ਜਲਦੀ ਉਹ ਅਮਲ ਦੇ ਵਿੱਚ ਲੈ ਲਈ? ਅਸੀਂ ਕੁਛ ਤਾਂ ਇਮੀਡੀਏਟਲੀ ਸ਼ੁਰੂ ਕਰਤਾ, ਪੁਲਿਸ ਨਾਲ ਗੱਲ ਕੀਤੀ ਕਿ ਨਸ਼ਿਆਂ 'ਤੇ ਕੰਟਰੋਲ ਕੀਤਾ ਜਾਵੇ, ਫਿਰ ਅਸੀਂ ਜਿਹੜੀ ਦਵਾਈਆਂ ਵਗੈਰਾ, ਉਹ ਜਿਤਨਾ ਸਰਕਾਰ ਬਣਦੀ ਹੈ ਸੋ ਦਵਾਈਆਂ ਦੀ ਪਰਚੇਜ਼ ਸ਼ੁਰੂ ਹੋ ਕੇ ਦਵਾਈਆਂ 'ਤੇ ਲੋਕਾਂ ਨੂੰ ਕੋਸ਼ਿਸ਼ ਕਰਾਂਗੇ ਦਿੱਤੀਆਂ ਜਾਣ। ਨਾਲ ਹੀ ਦੂਜਾ ਇਨਫਰਾਸਟਰਕਚਰ ਡਿਵੈਲਪ ਕਰਨਾ, ਜਿਸ ਤਰ੍ਹਾਂ ਮੈਂ ਲੱਖ ਲੈਣੇ ਬਣਾਉਣੇ ਸੀ, 16,000 ਪ੍ਰੋਮਿਸ ਕੀਤੇ ਸੀਗੇ, ਤਾਂ ਉਹ ਸ਼ੁਰੂ ਕਰ ਦੇਣੇ ਆ। ਇਸ ਤਰ੍ਹਾਂ ਸਕੂਲ ਦੀਆਂ ਵੀ ਟੀਚਰਸ ਦੀ ਟ੍ਰੇਨਿੰਗ ਇਮੀਡੀਏਟਲੀ ਸ਼ੁਰੂ ਕਰ ਦੇਣੀ ਹੈ, ਅਤੇ ਜਿਹੜੇ ਉਹਨਾਂ ਦੇ ਇਨਫਰਾਸਟਰਕਚਰ ਹੈ, ਨਵੀਆਂ ਬਿਲਡਿੰਗਾਂ ਬਣਨੀਆਂ, ਉਹ ਵੀ ਨਾਲ ਨਾਲ ਸ਼ੁਰੂ ਹੋ ਜਾਣਗੀਆਂ। ਉਹਨੂੰ ਟਾਈਮ ਲੱਗੇਗਾ, ਲੇਕਿਨ ਟੀਚਰਸ ਦੀ ਟ੍ਰੇਨਿੰਗ ਔਰ ਚੰਗੀ ਪੜ੍ਹਾਈ ਮਿਆਰ ਤਾਂ ਚੁੱਕਣਾ, ਨਾਲ ਨਾਲ ਸ਼ੁਰੂ ਹੋ ਜਾਵੇ। ਡਾਕਟਰ ਸਾਹਿਬ, ਤੁਹਾਡੇ ਹਲਕੇ ਦੇ ਵਿੱਚ ਡੰਪ ਦਾ ਮੁੱਦਾ ਜਿਹੜਾ ਮੇਨ ਬਣਿਆ ਰਿਹਾ, ਉਹਦੇ ਬਾਰੇ ਪੁੱਛਿਆ ਜਾਏਗਾ? ਹਾਂਜੀ ਹਾਂਜੀ, ਡੰਪ ਬਾਰੇ ਤਾਂ ਮੈਂ ਹਾਲਾਂਕਿ ਮੇਰੇ ਵਾਸਤੇ ਕੋਈ ਇਲੈਕਟੋਰਲ ਪ੍ਰੋਮਿਸ ਨਹੀਂ ਸੀ ਹੈਗਾ, ਅਤੇ ਲੋਕ ਮੈਨੂੰ ਸਾਰੇ ਪੁੱਛਦੇ ਆ ਕਿ ਤੂੰ ਤੁਸੀਂ ਜੀ ਇਹ ਤਾਂ ਲੋਕ ਵਾਅਦੇ ਕਰਕੇ ਮੁੱਕਰ ਜਾਂਦੇ, ਅਤੇ ਮੈਂ ਕਿਹਾ ਮੈਂ ਤਾਂ ਵਾਅਦਾ ਕੀਤਾ ਨਹੀਂ, ਮੈਂ ਤੁਹਾਨੂੰ ਵਾਅਦਾ ਬਾਅਦ 'ਚ ਕਰਨ ਡਿਆ। ਉਹ ਪਹਿਲਾਂ ਵਾਅਦੇ ਕਰਦੇ, ਮੈਂ ਬਾਅਦ 'ਚ ਕਰ ਰਿਹਾ ਵਾਅਦਾ ਕਿ ਡੰਪ ਦੀ ਸਮੱਸਿਆ ਹੱਲ ਕਰਾਂਗਾ ਮੈਂ। ਹਾਂਜੀ, ਉੱਥੋਂ ਬਦਬੂ ਨਹੀਂ ਆਏਗੀ, ਉੱਥੋਂ ਉਹਨੂੰ ਸੈਗਰੀਗੇਟ ਕੀਤਾ ਜਾਏਗਾ, ਕੱਚ ਕੱਢਿਆ ਜਾਏਗਾ, ਪਲਾਸਟਿਕ ਕੱਢੀ ਜਾਏਗੀ, ਵਿਕ ਜਾਣੇ ਨੇ। ਸੋ ਉਹਦੇ ਬਾਅਦ ਦੇਖਾਂਗੇ ਬਾਕੀ ਜਿਹੜੀ ਸੋਇਲ ਵਾਹੀਦੀ ਉਹਦਾ ਅਸੀਂ ਕਿਸ ਤਰ੍ਹਾਂ ਡੀਲ ਕਰਨਾ, ਉੱਥੇ ਰੱਖਣਾ ਜਾਂ ਚੁਕਾਉਣੀ ਜਾਂ ਟਰੈਕਟਰਾਂ ਟਰਾਲੀਆਂ 'ਚ। ਭਗਵੰਤ ਮਾਨ ਜੀ, ਸੀਐਮ ਬਣਨ ਦੀ ਜਿਹੜੀ ਸਭ ਤਿਆਰੀਆਂ ਹੋ ਗਿਆ, ਚੱਲ ਕਿਵੇਂ ਤਿਆਰੀਆਂ ਹੋ ਗਈਆਂ? ਤਿਆਰੀਆਂ ਬਹੁਤ ਹੁੰਮਾ ਕੇ ਹੋ ਰਹੀਆਂ ਨੇ, ਅਤੇ ਜਿਵੇਂ ਆਮ ਜਨਤਾ ਨੇ ਸਾਨੂੰ ਵੋਟ ਪਾਈ ਹੈ, ਇਸ ਤਰ੍ਹਾਂ ਚਾਹੁੰਦੇ ਕਿ ਆਮ ਜਨਤਾ ਉੱਥੇ ਆਵੇ ਅਤੇ ਉੱਥੇ ਆਮ ਜਨਤਾ ਆ ਕੇ ਇੰਜੋਏ ਕਰ ਸਕੇ। ਕੇਸਰੀ ਦਸਤਾਰ ਅਤੇ ਚੁੰਨੀਆਂ ਦਾ ਭਗਵੰਤ ਮਾਨ ਜੀ ਬਹੁਤ ਜ਼ਿਕਰ ਕਰ ਰਹੇ ਨੇ ਕਿ ਸਾਰੇ ਪੰਜਾਬ ਦੇ ਵਿੱਚੋਂ ਕੇਸਰੀ ਚੁੰਨੀਆਂ ਦੇ ਦਸਤਾਰਾਂ ਬਣ ਕੇ ਆ ਜਾਣਗੇ। ਆਪਦੇ MLA ਵੀ ਦਸਤਾਰਾਂ ਜਿਹੜੀਆਂ ਕੇਸਰੀ ਬਣ ਕੇ ਜਾਣਗੇ? ਹਾਂਜੀ, ਪੀੜੇ ਪੰਨ ਤੇ ਹੋਣਗੀਆਂ ਸਬਦੀਆਂ ਜੀ, ਘੱਟੋ ਘੱਟ। ਹਾਂਜੀ ਠੀਕ ਹੈ। ਪੰਜਾਬ ਟੂਡੇ 24 ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।